ਸਤਿ ਸ੍ਰੀ ਅਕਾਲ ਬੱਚਿਓ ਅੱਜ ਮੈਂ ਤੁਹਾਨੂੰ ਜਮਾਤ 10ਵੀਂ ਵਿਸ਼ਾ ਪੰਜਾਬੀ ਦੀ ਕਵਿਤਾ ਕਰਵਾਉਣ ਜਾ ਰਹੀ ਹਾਂ ਸੋ ਕਿਉ ਮੰਦਾ ਆਕੀਏ ਇਹ ਰਚਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਲਿਖੀ ਗਈ ਹੈ ਇਸ ਕਰਕੇ ਅਸੀਂ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਬਾਰੇ ਪੜਾਂਗੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਵਿੱਚ رائے ਭੋਇ ਦੀ ਤਲਵੰਡੀ ਜਿਸ ਨੂੰ ਅੱਜਕੱਲ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ ਵਿਖੇ ਹੋਇਆ ਇਹ ਹੀ ਸਥਾਨ ਹੁਣ ਪਾਕਿਸਤਾਨ ਵਿੱਚ ਸਥਿਤ ਹੈ ਗੁਰੂ ਜੀ ਦੇ ਮਾਤਾ ਜੀ ਦਾ ਨਾਮ ਮਾਤਾ ਤ੍ਰਿਪਤਾ ਜੀ ਅਤੇ ਪਿਤਾ ਜੀ ਦਾ ਨਾਮ ਮਹਿਤਾ ਕਾਲੂ ਜੀ ਸੀ ਗੁਰੂ ਜੀ ਦੀ ਵੱਡੀ ਭੈਣ ਬੀਬੀ ਨਾਨਕੀ ਜੀ ਦੀ ਗੁਰੂ ਜੀ ਦਾ ਵਿਆਹ ਪਟਾਲਾ ਨਿਵਾਸੀ ਮੋਲ ਚੰਦ ਜੀ ਦੀ ਧੀ ਬੀਬੀ ਸੁਲੱਖਣੀ ਜੀ ਦੇ ਨਾਲ ਹੋਇਆ ਜਿਨ੍ਹਾਂ ਦੀ ਕੁੱਖੋਂ ਦੋ ਪੁੱਤਰਾਂ ਸ੍ਰੀ ਚੰਦ ਅਤੇ ਲక్ష్ਮੀ ਦਾਸ ਨੇ ਜਨਮ ਲਿਆ ਗੁਰੂ ਜੀ ਨੇ ਚਾਰ ਲੰਬੀਆਂ ਯਾਤਰਾਵਾਂ ਕੀਤੀਆਂ ਜਿਨ੍ਹਾਂ ਨੂੰ ਚਾਰ ਉਦਾਸੀਆਂ ਦੇ ਨਾ ਨਾਲ ਜਾਣਿਆ ਜਾਂਦਾ ਹੈ ਇਨ੍ਹਾਂ ਯਾਤਰਾਵਾਂ ਦੌਰਾਨ ਗੁਰੂ ਜੀ ਨੇ ਲੋਕਾਂ ਨੂੰ ਸੱਚ ਦੇ ਮਾਰਗ ਤੇ ਚੱਲਣ ਦਾ ਉਪਦੇਸ਼ ਦਿੱਤਾ ਇਨ੍ਹਾਂ ਯਾਤਰਾਵਾਂ ਉਪਰੰਤ ਉਹਨਾਂ ਗ੍ਰਸਤੀ ਜੀਵਨ ਬਤੀਤ ਕੀਤਾ ਉਹਨਾਂ ਕਰਤਾਰਪੁਰ ਵਿਖੇ ਖੇਤੀ ਬਾੜੀ ਦਾ ਕੰਮ ਕਰਕੇ ਦਸਾਂ ਨੋਹਾ ਦੀ ਕਿਰਤ ਕਰਨ ਦੀ ਸਿੱਖਿਆ ਦਿੱਤੀ 1539 ਵਿੱਚ ਗੁਰੂ ਜੀ ਜੋਤੀ ਜੋਤ ਸਮਾ ਗਏ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਗੁਰੂ ਜੀ ਦੀਆਂ ਸਭ ਤੋਂ ਵੱਧ ਪ੍ਰਸਿੱਧ ਬਾਣੀਆਂ ਜਪਜੀ ਅਤੇ ਆਸਾ ਦੀ ਵਾਰ ਹਨ ਪ੍ਰਸੰਗ ਸਹੀਤ ਵਿਆਖਿਆ ਪੰਡ ਜੰਮੀਏ ਪੰਡ ਨਿਮੀਏ ਪੰਡ ਮੰਗਨ ਵੀਆ ਪੰਡੂ ਹੋਵੇ ਦੋਸਤੀ ਪੰਡੂ ਚਲੀ ਰਾ ਪੰਡ ਮੂਆ ਪੰਡ ਪਾਲੀਏ ਪੰਡ ਹੋਵੇ ਬਾਦਾਨ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਜਾਨ ਪ੍ਰਸੰਗ ਇਹ ਕਵੀ ਸੰਤਰਾ ਸ਼੍ਰੀ ਗੋਗਨਾਨਕ ਦੇਵ ਜੀ ਦੀ ਰਚਨਾ ਸੋ ਕਿਉ ਮੰਦਾ ਆਖੀਏ ਵਿੱਚੋਂ ਲਈਆਂ ਗਈਆਂ ਹਨ ਇਸ ਰਚਨਾ ਵਿੱਚ ਗੁਰੂ ਜੀ ਨੇ ਔਰਤ ਦੇ ਮਹੱਤਵ ਨੂੰ ਪ੍ਰਗਟਾਉਂਦਿਆਂ ਇਹ ਸਿੱਖਿਆ ਦਿੱਤੀ ਹੈ ਕਿ ਔਰਤ ਨੂੰ ਮੰਦਾ ਅਤੇ ਭਲਾ ਬੁਰਾ ਨਾ ਕਿਹਾ ਜਾਵੇ ਜਿਹੜੀ ਸੇਸ਼ਟ ਪੁਰਸ਼ਾਂ ਨੂੰ ਜਨਮ ਦਿੰਦੀ ਹੈ ਅਸੀਂ ਹੁਣ ਇਸ ਦੀ ਵਿਆਖਿਆ ਕਰਾਂਗੇ ਪੰਡ ਜਮਿਏ ਪੰਡ ਨਿਮਿਏ ਪੰਡ ਮੰਗਨ ਵਿਆ ਪੰਡ ਦਾ ਅਰਥ ਹੈ ਇਸਤਰੀ ਤੇ ਜਮਿਏ ਦਾ ਅਰਥ ਹੈ ਜਨਮ ਲੈਣਾ भाव गुरु जी फरमाਉਂਦੇ ਹਨ ਕਿ ਮਨੁੱਖ ਇਸਤਰੀ ਦੀ ਕੋ ਖੋ ਹੀ ਜਨਮ ਲੈਂਦਾ ਹੈ ਪੰਡ ਨਿਮਿਏ ਨਿਮਿਏ ਦਾ ਅਰਥ ਹੈ ਪਾਲਣਾ ਅਰਥਾਤ ਇਸਤਰੀ ਹੀ ਉਸਨੂੰ ਪਾਲਦੀ ਹੈ ਪੰਡ ਮੰਗਨ ਵਿਆ ਮਤਲੇ ਅਰਥਾਤ ਇਸਤਰੀ ਨਾਲ ਹੀ ਉਸਦੀ ਮੰਗਣੀ ਅਤੇ ਵਿਆਹ ਹੁੰਦਾ ਹੈ ਪੰਡੂ ਹੋਵੇ ਦੋਸਤੀ ਦੋਸਤੀ ਦਾ ਅਰਥ ਇੱਥੇ ਪਿਆਰ ਲਿਆ ਗਿਆ ਹੈ ਅਰਥਾਤ ਇਸਤਰੀ ਨਾਲ ਹੀ ਉਸਦਾ ਪਿਆਰ ਅਤੇ ਮਿੱਤਰਤਾ ਹੁੰਦੀ ਹੈ ਪੰਡੂ ਚਲੇ ਰਾਤ ਜਲੇ ਰਹਾ ਤੋਂ ਇੱਥੇ ਅਰਥ ਵੰਸ਼ ਦੇ ਅੱਗੇ ਵਧਣ ਤੋਂ ਲਿਆ ਗਿਆ ਹੈ ਅਰਥਾਤ ਇਸਤਰੀ ਤੋਹੀ ਸੰਤਾਨ ਦੀ ਉਤਪਤੀ ਦਾਰਾ ਖੁੱਲਦਾ ਹੈ ਪੰਡ ਮੂਵਾ ਭੰਡ ਭਾਲੀਏ ਭੰਡ ਹੋਏ ਬਧਾਨ ਇੱਥੇ ਮੂਵਾ ਦਾ ਅਰਥ ਮਰ ਜਾਣਾ ਅਤੇ ਭਾਲੀਏ ਦਾ ਅਰਥ ਭਾਲੀਆ ਤਲਾਸ਼ ਤੋਂ ਲਿਆ ਗਿਆ ਹੈ ਅਤੇ ਬਧਾਨ ਦਾ ਅਰਥ ਰਿਸ਼ਤੇਦਾਰੀ ਜਾਂ ਸਬੰਧ ਤੋਂ ਲਿਆ ਗਿਆ ਹੈ ਅਰਥਾਤ ਇੱਕ ਇਸਤਰੀ ਜਾਂ ਪਤਨੀ ਦੇ ਮਰਨ ਦੀ ਦੂਜੀ ਦੀ ਤਲਾਸ਼ ਕੀਤੀ ਜਾਂਦੀ ਹੈ ਤੇ ਇਸਤਰੀ ਤੋਂ ਹੀ ਸਮਾਜਿਕ ਰਿਸ਼ਤੇਦਾਰੀ ਦਾ ਸੰਬੰਧ ਅੱਗੇ ਵਧਦਾ ਹੈ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ ਇੱਥੇ ਜਿਤ ਜੰਮੇ ਦਾ ਅਰਥ ਹੈ ਜੋ ਇਸਤਰੀ ਤੋਂ ਪੈਦਾ ਹੁੰਦੇ ਹਨ ਅਰਥਾਤ ਗੁਰੂ ਜੀ ਫਰਮਾਉਂਦੇ ਹਨ ਕਿ ਇਸਤਰੀ ਨੂੰ ਬੁਰਾ ਭਲਾ ਕਿਉਂ ਕਿਹਾ ਜਾਵੇ ਜੋ ਕਿ ਇਹ ਰਾਝੀ ਅਤੇ ਸੇਸ਼ਟ ਪੁਰਸ਼ਾਂ ਨੂੰ ਜਨਮ ਦਿੰਦੀ ਹੈ ਬੰਡੂ ਹੀ ਬੰਡ ਉਪਜੇ ਭੰਡੇ ਬਾਜ ਨ ਕੋਈ ਬੰਡੂ ਦਾ ਅਰਥ ਇਸਤਰੀ ਤੋਂ ਮਤਲਬ ਅਰਥਾਤ ਗੁਰੂ ਜੀ ਫਰਮਾਉਂਦੇ ਹਨ ਕਿ ਇਸਤਰੀ ਤੋਂ ਹੀ ਇਸਤਰੀ ਦਾ ਜਨਮ ਹੁੰਦਾ ਹੈ ਭੰਡੇ ਬਾਜ ਨ ਕੋਈ ਬਾਜ ਮਤਲਬ ਬਿਨ ਨਾਨਕ ਭੰਡੇ ਬਾਹਰਾ ਇਕੋ ਸਾਚਾ ਸੋਈ ਭੰਡੇ ਬਾਹਰਾ ਤੋਂ ਅਰਥ ਜੋ ਇਸਤਰੀ ਤੋਂ ਨਹੀਂ ਜੰਮਿਆ ਸਾਚਾ ਸੋਈ ਦਾ ਅਰਥ ਸੱਚਾ ਪਰਮਾਤਮਾ ਅਰਥਾਤ ਇੱਕ ਸੱਚਾ ਪ੍ਰਮਾਤਮਾ ਹੀ ਹੈ ਜੋ ਇਸਤਤ ਬਿਨਾ ਹੋਂਦ ਵਿੱਚ ਹਿਆ ਹੈ ਜਿਸਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਜਿਤ ਮੁਖ ਸਦਾ ਸਲਾਈਏ ਭਗਾ ਰਤੀ ਚਾਰ ਅਰਥਾਤ ਜਿਸ ਇਸਤਰੀ ਜਾਂ ਪੁਰਖ ਦੇ ਮੁਖ ਤੋਂ ਹਮੇਸ਼ਾ ਪ੍ਰਭੂ ਦੀ ਭਗਤੀ ਹੁੰਦੀ ਹੈ ਉਹ ਮੁਖ ਹਮੇਸ਼ਾ ਭਗਾ ਵਾਲਾ ਹੁੰਦਾ ਹੈ ਅਰਥਾਤ ਉਹ ਮੁਖ ਹਮੇਸ਼ਾ ਬਹੁਤ ਸੋਨਾ ਲੱਗਦਾ ਹੈ ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ ਅਰਥਾਤ ਜੋ ਮਨੁੱਖ ਪ੍ਰਭੂ ਦੀ ਭਗਤੀ ਕਰਦੇ ਹਨ ਅਰਥਾਤ ਉਸਤਤ ਕਰਦੇ ਹਨ ਤਿਤ ਸੱਚੇ ਦਰਬਾਰ ਉਹ ਪ੍ਰਭੂ ਦੇ ਦਰਬਾਰ ਦੇ ਵਿੱਚ ਬਹੁਤੀ ਉਜਲੇ ਹੁੰਦੇ ਹਨ ਅਸੀਂ ਹੁਣ ਇਸ ਕਵਿਤਾ ਦਾ ਕੇਂਦਰੀ ਭਾਵ ਕਰਾਂਗੇ ਸੋ ਕਿਉ ਮੰਦਾ ਆਖੀਏ ਸ਼ਬਦ ਵਿੱਚ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਦੀ ਮਹਾਨਤਾ ਤੇ ਪ੍ਰਕਾਸ਼ ਪਾਇਆ ਹੈ ਮਨੁੱਖ ਇਸਤਰੀ ਦੀ ਕੁਖ ਤੋਂ ਹੀ ਪੈਦਾ ਹੁੰਦਾ ਹੈ ਅਤੇ ਉਹੀ ਉਸ ਨੂੰ ਪਾਲਦੀ ਹੈ ਅਤੇ ਇਸਤਰੀ ਨਾਲ ਹੀ ਉਸਦਾ ਵਿਆਹ ਹੁੰਦਾ ਹੈ ਉਸ ਤੋਂ ਹੀ ਸੰਤਾਨ ਦੀ ਉਤਪਤੀ ਹੁੰਦੀ ਹੈ ਅਤੇ ਉਸ ਤੋਂ ਹੀ ਰਿਸ਼ਤੇਦਾਰੀ ਬੰਦੀ ਹੈ ਅਰਥਾਤ ਇਸ ਤੋਂ ਬਿਨਾ ਕੋਈ ਵੀ ਮਨੁੱਖ ਪੈਦਾ ਨਹੀਂ ਹੋ ਸਕਦਾ ਇਸਤਰੀ ਤੋਂ ਬਿਨਾ ਕੇਵਲ ਸੱਚਾ ਪਰਮਾਤਮਾ ਹੀ ਹੈ ਜੋ ਹੋਂਦ ਵਿੱਚ ਆਇਆ ਹੈ ਇਸ ਕਰਕੇ ਮਨੁੱਖੀ ਜੀਵਨ ਵਿੱਚ ਇਸਤਰੀ ਦਾ ਵਿਸ਼ੇਸ਼ ਮਹੱਤਵ ਹੈ ਇਸ ਲਈ ਇਸਤਰੀ ਨੂੰ ਮੰਦਾ ਜਾ ਬੁਰਾ ਭਲਾ ਨਹੀਂ ਕਹਿਣਾ ਚਾਹੀਦਾ ਅਸੀਂ ਹੁਣ ਇਸ ਪਾਠ ਦੇ ਕੁਝ ਮਹੱਤਵਪੂਰਨ ਪ੍ਰਸ਼ਨ ਕਰਾਂਗੇ ਸਾਡਾ ਪਹਿਲਾ ਪ੍ਰਸ਼ਨ ਹੈ ਸੋ ਕਿਉ ਮੰਦਾ ਆ ਕੀ ਕਿਸ ਦੀ ਰਚਨਾ ਹੈ ਇਸ ਦਾ ਸਹੀ ਉੱਤਰ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਸਾਡਾ ਅਗਲਾ ਪ੍ਰਸ਼ਨ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਹੁਣ ਕਿਸ ਦੇਸ਼ ਵਿੱਚ ਹੈ ਇਸ ਦਾ ਸਹੀ ਉੱਤਰ ਹੈ ਪਾਕਿਸਤਾਨ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਮਹਿਤਾ ਕਾਲੂ ਜੀ ਕਿੱਥੇ ਵਜੂ ਕੀ ਸਨ? ਇਸ ਦਾ ਸਹੀ ਉੱਤਰ ਹੈ ਪਟਵਾਰੀ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਕਿਸ ਦੇ ਮਾਰਗ ਦਾ ਉਪਦੇਸ਼ ਦਿੱਤਾ? ਇਸ ਦਾ ਸਹੀ ਉੱਤਰ ਹੈ ਸੱਚ। ਅਰਥਾਤ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਸੱਚ ਦੇ ਮਾਰਗ ਤੇ ਚੱਲਣ ਦਾ ਉਪਦੇਸ਼ ਦਿੱਤਾ। ਸਾਡਾ ਅਗਲਾ ਪ੍ਰਸ਼ਨ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੀ ਗਿਣਤੀ ਕਿੰਨੀ ਹੈ ਇਸ ਦਾ ਸਹੀ ਉੱਤਰ ਹੈ 4 ਸ੍ਰੀ ਗੁਰੂ ਨਾਨਕ ਦੇਵ ਜੀ ਨੇ 4 ਉਦਾਸੀਆਂ ਕੀਤੀਆਂ ਸੌ ਕਿਉ ਮੰਦਾ ਆਖੀਏ ਨਾ ਦੀ ਰਚਨਾ ਵਿੱਚ ਕੌਣ ਸਤਕਾਰ ਦੇ ਪਾਤਰ ਦੱਸੀ ਗਈ ਹੈ ਇਸ ਦਾ ਸਹੀ ਉੱਤਰ ਹੈ ਇਸਤਰੀ ਅਗਲਾ ਪ੍ਰਸ਼ਨ ਹੈ ਮਰਦ ਜਾਂ ਇਸਤਰੀ ਨੂੰ ਜਨਮ ਦੇਣ ਵਾਲੀ ਕੌਣ ਹੈ ਇਸ ਦਾ ਸਹੀ ਉੱਤਰ ਹੈ ਔਰਤ ਜਾਂ ਇਸਤਰੀ ਅਗਲਾ ਪ੍ਰਸ਼ਨ ਹੈ ਰਾਜਿਆਂ अथवा ਸੇਸ਼ਟ ਪੁਰਸ਼ਾਂ ਨੂੰ ਕੌਣ ਜਨਮ ਦਿੰਦੀ ਹੈ ਇਸ ਦਾ ਉੱਤਰ ਹੈ ਇਸਤਰੀ ਸਾਡਾ ਅਗਲਾ ਪ੍ਰਸ਼ਨ ਹੈ ਉਹ ਕੌਣ ਹੈ ਜਿਸ ਨੂੰ ਮੰਦਾ ਨਹੀਂ ਕਹਿਣਾ ਚਾਹੀਦਾ ਇਸ ਦਾ ਉੱਤਰ ਹੈ ਇਸਤਰੀ ਸਾਡਾ ਅਗਲਾ ਪ੍ਰਸ਼ਨ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਿਸ ਥਾਂ ਤੇ ਹੋਇਆ ਇਸ ਦਾ ਸਹੀ ਉੱਤਰ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਰਾਇ ਭੋਇ ਦੀ ਤਲਵੰਡੀ ਨਨਕਾਣਾ ਸਾਹਿਬ ਵਿਖੇ ਹੋਇਆ अगला प्रश्न श्री गुरु नानक देव जी दी माता-पिता ਦਾ ਨਾਂ ਦੱਸੋ ਇਸ ਦਾ ਸਹੀ ਉੱਤਰ ਹੈ श्री गुरु नानक देव जी ਦੀ માતા ਤ੍ਰਿਪਤਾ ਜੀ ਅਤੇ ਪਿਤਾ ਮਹਿਤਾ ਕਾਲੂ ਜੀ ਸਨ ਪ੍ਰਸ਼ਨ श्री गुरु नानक देव जी ਦੀ ਬਾਣੀ ਕਿਸ ਗ੍ਰੰਥ ਵਿੱਚ ਸ਼ਾਮਿਲ ਹੈ ਇਸ ਦਾ ਉੱਤਰ ਹੈ श्री गुरु ग्रंथ साहिब ਵਿੱਚ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਵੇਖਣ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਅਤੇ ਮੇਰੀ ਵੀਡੀਓ ਨੂੰ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ